ਪੰਜਾਬੀ ਸਿਨੇਮਾ ਘਰਾਂ ਦੇ ਵਿੱਚ ਜਦੋਂ ਤੁਸੀਂ ਫਿਲਮ ਦੇਖਣ ਪਹੁੰਚਦੇ ਹੋ, ਉਸ ਦੇ ਵਿੱਚ ਐਕਸ਼ਨ ਕਈ ਤਰ੍ਹਾਂ ਦਾ ਨਜ਼ਰ ਆਉਂਦਾ ਆ, ਗੋਲੀਆਂ ਵਾਲਾ ਐਕਸ਼ਨ, ਲੜਾਈਆਂ ਵਾਲਾ ਐਕਸ਼ਨ, ਪਰ ਇਸ ਦੇ ਵਿੱਚ ਖਾਸ ਜੇਕਰ ਗੱਲ ਕਰ ਲਈਏ, ਇਤਿਹਾਸ ਨਾਲ ਜੁੜਿਆ ਹੋਇਆ ਐਕਸ਼ਨ ਆ, ਸਿੱਖ ਮਰਿਆਦਾ ਦੀ ਗੱਲ ਕਰ ਲਈਏ, ਦਸਮ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਦਾਤ, ਸਿੱਖ ਮਾਰਸ਼ਲ ਆਰਟ, ਗੱਤਕਾ ਜਿਸ ਨੂੰ ਆਖਦੇ ਹਾਂ, ਅਸਲ ਦੇ ਵਿੱਚ ਸ਼ਸਤਰ ਆਪਾਂ ਜ਼ੁਲਮ ਹੁੰਦਿਆਂ ਹੋਇਆ ਚੁੱਕਦੇ ਹਾਂ ਜਾਂ ਆਪਣੀ ਰਾਖੀ ਲਈ ਚੁੱਕਦੇ ਹਾਂ। ਸੋ ਉਸ ਫਿਲਮ ਬਣੀ ਆ ਉਸਦੇ ਉੱਪਰ ਜੱਟਾ ਡੋਲੀ ਨਾਂ। ਸੋ ਉਹਦੇ ਨਾਲ ਗੱਲ ਕਰ ਲਈ, ਸਾਡੇ ਸਟਾਰਕਾਸਟ ਮੌਜੂਦ ਹੈਗੇ ਨੇ ਕਿਰਨਦੀਪ ਜੀ ਰਿਆਤ ਅਤੇ ਨਾਲ ਪ੍ਰਭ ਗਰੇਵਾਲ। ਸੋ ਮੇਰੇ ਨਾਲ ਇਹ ਦੋ ਮਹਾਨ ਸ਼ਖਸੀਅਤ ਦੇਖਦੇ ਪਏ ਹੋ। ਮੈਂ ਕਹੂੰਗਾ ਕਿ ਭਾਅ ਜੀ ਹੁਣਾਂ ਨੂੰ ਵੀ ਬਹੁਤ ਲੱਕੀ ਹੋ ਤੁਸੀਂ ਕਿ ਤੁਹਾਨੂੰ ਗੱਤਕੇ ਦੇ ਖਿਡਾਰੀ ਹੋਣ ਅਤੇ ਨਾਲ ਨਾਲ ਫਿਲਮ ਦੇ ਵਿੱਚ ਵੀ ਖੇਡਣ ਦਾ ਮੌਕਾ ਮਿਲਿਆ। ਸੋ ਸਵਾਗਤ ਕਰਦਾ ਤੁਹਾਡਾ ਲਿਵਿੰਗ ਇੰਡੀਆ ਨਿਊਜ਼। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ। ਸਭ ਤੋਂ ਪਹਿਲਾਂ ਸਵਾਲ ਮੇਰਾ ਹੀ ਰਹੇਗਾ ਕਿ ਤੁਸੀਂ ਗੱਤਕੇ ਦੇ ਖਿਡਾਰੀ ਹੋ ਪਹਿਲਾਂ, ਇਸ ਫਿਲਮ ਦੇ ਵਿੱਚ ਗੱਤਕਾ ਦਰਸਾਇਆ ਆ। ਹਾਂਜੀ, ਮੈਂ ਗੱਤਕੇ ਦਾ ਖਿਡਾਰੀ ਹੈਗਾ ਜੀ, ਮੈਂ ਟ੍ਰੇਨ ਹੈਗਾ ਗੱਤਕੇ ਦੇ ਵਿੱਚ, ਪ੍ਰੋਫੈਸ਼ਨਲੀ ਸਿੱਖਿਆ। ਅਤੇ ਫਿਲਮ ਜਿਹੜੀ ਹੈ ਉਹਦੀ ਸੋਝੀ ਤਾਂ ਹੀ ਆਈ, ਕੰਸੈਪਟ ਔਰ ਸਟੋਰੀ ਫਿਲਮ ਦਾ ਮੇਰਾ ਹੈ। ਮੈਂ ਪਰਸਨਲੀ ਇਹ ਚਾਹੁੰਦਾ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਨਵੀਂ ਪਨੀਰੀ ਤੱਕ ਇਹ ਚੀਜ਼ ਪਹੁੰਚੇ। ਅਤੇ ਮੈਨੂੰ ਲੱਗਦਾ ਕਿ ਮੀਡੀਆ ਜਾਂ ਫਿਲਮਾਂ ਜਿਹੜੀਆਂ ਹੈਗੀਆਂ ਉਹ ਤੋਂ ਵੱਧ ਕੇ ਤਾਂ ਕਿਸੇ ਨੂੰ ਜਲਦੀ ਇਨਫਲੂਐਂਸ ਇਸ ਤੋਂ ਜ਼ਿਆਦਾ ਨਹੀਂ ਕਰ ਸਕਦੇ, ਤਾਂ ਇਹ ਸੋਝੀ ਆਈ ਕਿ ਇੱਕ ਫਿਲਮ ਬਣਾਈ ਜਾਏ ਇੱਦਾਂ ਦੀ। ਇਸ ਤੋਂ ਪਹਿਲਾਂ ਵੀ ਤੁਸੀਂ ਫਿਲਮਾਂ ਕੀਤੀਆਂ, ਤਾਂ ਤੀਜੀ ਫਿਲਮ ਹੈ ਨਾ? ਹਾਂਜੀ, ਦੋ ਫਿਲਮਾਂ ਵੀ ਕੀਤੀਆਂ, ਉਸ ਨਾਲੋਂ ਕਹਿ ਲਈ ਕਿ ਤੀਜੀ ਫਿਲਮ ਦੇ ਵਿੱਚ ਸ਼ਾਇਦ ਕਿਤੇ ਜ਼ਿਆਦਾ ਵੱਧ ਕੇ ਐਕਸਪੀਰੀਅੰਸ ਮਿਲਿਆ ਹੋਏਗਾ। ਬਹੁਤ ਵੱਖਰਾ ਐਕਸਪੀਰੀਅੰਸ ਰਿਹਾ ਜੀ, ਜਿੱਦਾਂ ਮੈਂ ਕਹਿੰਦਾ ਕਿ ਅਗਰ ਐਕਟਿੰਗ ਦੀ ਅਗਰ ਅਸੀਂ ਗੱਲ ਕਰੀਏ ਤਾਂ ਉਹ ਇੱਦਾਂ ਹੁੰਦਾ ਜਿੱਦਾਂ ਗੱਡੀ ਚਲਾਉਣੀ ਸਿੱਖਣੀ ਹੈ। ਗੱਡੀ ਚਲਾਉਣੀ ਤਾਂ ਤੁਸੀਂ ਜਿਹੜਾ ਉਹ 5-7 ਦਿਨ 'ਚ ਸਿੱਖ ਲੈਂਦੇ ਹੋ, ਪਰ ਉਹ ਸਾਰੀ ਉਮਰ ਸਿੱਖਦੇ ਰਹਿੰਦੇ ਹੋ। ਅਤੇ ਮੈਨੂੰ ਇਹਦੇ ਵਿੱਚ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ, ਕਿਉਂਕਿ ਇੰਡਸਟਰੀ ਦੇ ਬਹੁਤ ਵੱਡੇ ਵੱਡੇ ਨਾਂ ਜਿਹੜੇ ਉਹ ਸਾਡੇ ਨਾਲ ਜੁੜੇ ਹੋਏ ਆ ਇਹਦੇ ਵਿੱਚ। ਅਗਰ ਅਸੀਂ ਗੱਲ ਕਰਦੇ ਹਾਂ ਜਨੈਲ ਭਾਅ ਜੀ, ਪ੍ਰਭ ਗਰੇਵਾਲ ਨੇ, ਸਨੀ ਗਿੱਲ ਭਾਅ ਜੀ ਨੇ, ਨਰਿੰਦਰ ਨੀਨਾ ਭਾਅ ਜੀ ਨੇ, ਫਿਰ ਪਰਮਿੰਦਰ ਗਿੱਲ ਮੈਡਮ ਨੇ, ਸ਼ਿਵਿੰਦਰ ਮਹਾਲ ਭਾਅ ਜੀ ਨੇ, ਸਾਰਿਆਂ ਨੂੰ ਤੁਸੀਂ ਬਹੁਤ ਵੱਡੇ ਪੜਦੇ ਹਾਂ ਅਤੇ ਆਮ ਦੇਖਦੇ ਹੋ, ਅਤੇ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਐਕਟਿੰਗ ਪੁਆਇੰਟ ਆਫ ਵਿਊ ਦੇ ਨਾਲ ਵੀ, ਅਤੇ ਵੈਸੇ ਵੀ ਪਰਸਨਲੀ ਉਹਨਾਂ ਤੋਂ ਮੈਂ ਬਹੁਤ ਚੀਜ਼ਾਂ ਸਿੱਖੀਆਂ ਜੀ, ਮੈਮੋਰੇਬਲ ਐਕਸਪੀਰੀਅੰਸ ਰਿਹਾ। ਇਸ ਫਿਲਮ ਦੇ ਵਿੱਚ ਕੀ ਰੋਲ ਅਦਾ ਕਰ ਰਹੇ ਹੋ, ਪ੍ਰਭ ਗਰੇਵਾਲ ਜੀ ਹੈਗੇ ਨਾਲ, ਉਹਨਾਂ ਨਾਲ ਕੀ ਤੁਹਾਡਾ ਰੋਲ ਹੈ? ਜੀ ਮੈਂ, ਮੇਰਾ ਫਿਲਮ ਦੇ ਵਿੱਚ ਜਿਹੜਾ ਸਕਰੀਨ ਨੇਮ ਹੈਗਾ ਉਹ ਕਿਰਨਦੀਪ ਹੀ ਨਾਂ ਹੈ ਮੇਰਾ ਫਿਲਮ ਦੇ ਵਿੱਚ, ਲੇਕਿਨ ਉਹ ਇੱਕ ਜੰਪਲ ਤਾਂ ਮੇਰੀ ਪੰਜਾਬ ਦੀ ਹੀ ਹੈਗੀ ਹੈ, ਪਰ ਮੈਂ ਬਾਹਰ ਚਲ ਜਾਂਦਾ ਹੈਗਾ ਆਪਣੇ ਫਾਦਰ ਦੇ ਨਾਲ, ਮੰਮੀ ਮੇਰੀ ਹੁੰਦੀ ਨਹੀਂ, ਮਾਤਾ ਜੀ ਮੇਰੇ ਦਾ ਜਿਹੜਾ ਉਹ ਬਚਪਨ 'ਚ ਡੈਥ ਹੋ ਜਾਂਦੀ ਆ, ਇਗਨੋਰਡ ਬੱਚਾ ਆ ਉਹ, ਕਿਤੇ ਨਾ ਕਿਤੇ ਆਪਣੇ ਫਾਦਰ ਨਾਲ ਖਫਾ ਆ, ਜਿਹਦੇ ਚੱਲਦੇ ਉਹ ਗਲਤ ਸੋਸਾਇਟੀ 'ਚ ਪੈਂਦਾ, ਅਤੇ ਉਹ ਕਿਰਨਦੀਪ ਤੋਂ ਕੇਡੀ ਬਣ ਜਾਂਦਾ ਵੱਡਾ ਹੋ ਕੇ, ਅਤੇ ਸਾਰੀਆਂ ਗਲਤ ਗੱਲਾਂ ਕਰਦਾ ਉਹ, ਲੇਕਿਨ ਕੁਦਰਤੀ ਇੱਦਾਂ ਹੁੰਦਾ ਕਿ ਉਹ ਇੰਡੀਆ ਜਾਂਦਾ ਹੈ, ਆਪਣੀ ਮਿੱਟੀ ਨਾਲ ਵਾਪਸ ਮਿਲਦਾ, ਵਿਰਸਾ ਦੇਖਦਾ, ਤਾਂ ਕਿੱਦਾਂ ਗੱਤਕਾ ਉਹਨੂੰ ਮੁੜ ਕੇ ਕੇਡੀ ਤੋਂ ਕਿਰਨਦੀਪ ਬਣਾਉਂਦਾ, ਕਿਰਨਦੀਪ ਸਿੰਘ ਬਣਾਉਂਦਾ, ਉਹਦੀ ਇੱਕ ਟਰਾਂਸਫੋਰਮੇਸ਼ਨ ਦੀ ਜਰਨੀ ਆ, ਜਿਹਦੇ ਵਿੱਚ ਦੋ ਜਾਂ ਤਿੰਨ ਮੇਰੇ ਰੂਪ ਚੇਂਜ ਹੁੰਦੇ ਨੇ ਫਿਲਮ ਦੇ ਵਿੱਚ, ਅਤੇ ਉਹ ਬਹੁਤ ਹੀ ਸੋਹਣੇ ਤਰੀਕੇ ਨਾਲ ਉਹ ਚੀਜ਼ ਲੈ ਕੇ ਆ ਰਹੇ ਹਾਂ, ਇੱਕ ਐਂਟਰਟੇਨਿੰਗ ਵੇ 'ਚ ਲੈ ਕੇ ਆ ਰਹੇ ਹਾਂ। ਤੁਸੀਂ ਜਾਂਦੇ ਹੋ, ਤੁਸੀਂ ਦੱਸਿਆ ਮੈਂ ਕਿਹੜੀ ਬਣ ਜਾਂਦਾ ਹਾਂ, ਉਸ ਤੋਂ ਬਾਅਦ ਸਿੱਖ ਮਾਰਸ਼ਲ ਆਰਟ ਵੱਲ ਤੁਰਦੇ ਹੋ ਜੀ। ਸੋ ਇਸ ਦੇ ਵਿੱਚ ਕਹਿ ਲਈਏ ਕਿ ਇੱਕ ਖਾਸੀਅਤ ਇਹ ਹੈਗੀ ਆ ਮੈਸੇਜ ਦੀ ਕਿ ਜਦੋਂ ਆਪਾਂ ਗੁਰੂ ਸਾਹਿਬਾਨਾਂ ਦੇ ਕਹੇ ਹੋਏ ਰਾਹ 'ਤੇ ਚੱਲਦੇ ਪਏ ਹਾਂ ਤਾਂ ਆਟੋਮੈਟਿਕਲੀ ਆਪਾਂ ਨੈਗੇਟਿਵ ਚੀਜ਼ਾਂ ਤੋਂ ਦੂਰ ਹੋ ਜਾਂਦੇ ਹਾਂ, ਪੋਜ਼ਿਟਿਵਿਟੀ ਆਪੇ ਆ ਜਾਂਦੀ ਹੈ। ਹਾਂਜੀ, ਬਿਲਕੁਲ ਸਹੀ ਗੱਲ ਹੈ, ਮੈਨੂੰ ਕਈਆਂ ਨੇ, ਤੁਸੀਂ ਬੜਾ ਵਧੀਆ ਸਵਾਲ ਕੀਤਾ, ਇਹਦਾ ਸਭ ਤੋਂ ਵੱਡਾ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਹਾਂ। ਮੈਨੂੰ ਆਪਣੇ ਕਿਸੇ ਪੱਤਰਕਾਰ ਭਾਈ ਨੇ ਇਹ ਸਵਾਲ ਕੀਤਾ ਸੀ, ਕਹਿੰਦੇ ਵੀ ਤੁਸੀਂ ਸਮਝਦੇ ਹੋ ਕਿ ਜਦੋਂ ਅਸੀਂ ਗੱਤਕਾ ਸਿੱਖ ਲੈਂਦੇ ਹੋ ਤਾਂ ਕਿ ਤੁਸੀਂ ਹੋਰ ਵਾਇਲੈਂਟ ਨਹੀਂ ਹੋ ਜਾਂਦੇ, ਤੁਹਾਡੇ ਹੱਥ 'ਤੇ ਸ਼ਸਤਰ ਚਲਾਉਣੇ ਹੋ ਜਾਂਦੇ ਤੁਹਾਨੂੰ, ਅਤੇ ਕਿ ਤੁਸੀਂ ਹੋਰ ਐਗਰੈਸਿਵ ਨਹੀਂ ਹੋ ਜਾਂਦੇ, ਲੇਕਿਨ ਜਦੋਂ ਅਸੀਂ ਗੱਤਕਾ ਸਿੱਖਦੇ ਹਾਂ, ਜਦੋਂ ਕੋਈ ਆਦਮੀ ਅਸਲ ਦੇ ਵਿੱਚ ਪਾਵਰਫੁੱਲ ਹੁੰਦਾ ਨਾ, ਤਾਂ ਉਹ ਸਗੋਂ ਸ਼ਾਂਤ ਹੋ ਜਾਂਦਾ। ਉਹ ਕਹਿੰਦਾ ਅਗਰ ਉਸ ਤੋਂ ਹਲਕਾ ਬੰਦਾ ਕੋਈ ਉਹਦੇ ਸਾਹਮਣੇ ਆਓ, ਕਹੇਗਾ ਯਾਰ ਕਾਕਾ ਤੂੰ ਯਾਰ ਰਹਿਣ ਦੇ ਯਾਰ, ਉਹਦੇ ਠਹਿਰਾਵ ਆ ਜਾਂਦਾ। ਸ਼ਸਤਰ ਚਲਾਉਣਾ ਡਿਫੈਂਸ ਦੀ ਜਿਹੜੀ ਆਪਣੀ ਇਹ ਚੀਜ਼ ਸਿਖਾਉਂਦੀ ਆ ਜਿਹੜਾ ਗੱਤਕਾ ਆ, ਉਹ ਨਾਲ ਨਾਲ ਤੁਹਾਨੂੰ ਕੌਨਫੀਡੈਂਸ ਵੀ ਦਿੰਦਾ, ਨਾਲ ਨਾਲ ਤੁਹਾਨੂੰ ਇੱਕ ਕੰਟਰੋਲ ਓਵਰ ਪਾਵਰ ਵੀ ਦਿੰਦਾ।
ਇਹਦੇ ਵਿੱਚ ਇੱਕ ਵੱਡੀ ਐਗਜ਼ਾਮਪਲ ਇਹ ਵੀ ਹਰ ਕਿਤੇ ਸ਼ਸਤਰ ਨਹੀਂ, ਕਈ ਵਾਰੀ ਕਲਮ ਵੀ ਕੰਮ ਆਉਂਦੀ ਹੈ, ਜਿਵੇਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਫਾਰਸੀ ਭਾਸ਼ਾ ਦੇ ਵਿੱਚ, ਅਤੇ ਉਹਦੇ ਕਰਮ ਗਨਾਹ 'ਤੇ ਹੀ ਤਾਂ ਉਹਨੂੰ ਮੰਜੇ ਤੋਂ ਨਹੀਂ ਉੱਠਿਆ ਜਾਂਦਾ ਬੰਦੇ ਕੋਲ। ਹਾਂਜੀ ਕਹਿ ਸਕਦੇ ਹਾਂ, ਨਹੀਂ ਬਿਲਕੁਲ ਸਹੀ ਗੱਲ ਹੈ ਜੀ, ਲੇਕਿਨ ਮੈਂ ਸਮਝਦਾ ਕਿ ਅਗਰ ਅਸੀਂ ਸਿੱਖੀ ਦੇ ਬਹੁਤ ਸਾਰੇ ਪਹਿਲੂ ਆ, ਉਹਦੇ ਵੱਖ ਵੱਖ ਰੂਪ ਨੇ, ਵੱਖ ਵੱਖ ਸ਼ਾਖਾਵਾਂ, ਹੈ ਨਾ। ਹੁਣ ਫਰਜ਼ ਕਰ ਲਓ ਜਿੱਦਾਂ ਤੁਸੀਂ ਮੈਨੂੰ ਸਵਾਲ ਕੀਤਾ ਸੀ ਵੀ ਤੁਸੀਂ ਕਟਿੰਗ ਕੀਤੀ ਹੋਈ ਹੈ, ਲੇਕਿਨ ਮੈਂ ਪੱਗ ਸਜਾਈ ਹੋਈ ਹੈ, ਮੈਂ ਸ਼ੌਂਕ ਨਾ, ਮੈਂ ਰੀਝ ਨਾਲ ਪੱਗ ਬੰਨਦਾ, ਮੇਰਾ ਇਹ ਮੰਨਣਾ ਆ ਕਿ ਜੇਕਰ ਮੈਂ ਪੱਗ ਬਣ ਕੇ ਕਿਤੇ ਦੋ ਮੁੰਡਿਆਂ ਨੂੰ ਵੀ ਪੱਗ ਬੰਨਣ ਲਾ ਦੇਵਾਂ ਤਾਂ ਫਿਰ ਮੇਰੇ ਵੱਲੋਂ ਸਿੱਖੀ ਦਾ ਪਾਰਟ, ਮੈਂ ਆਪਣੇ ਵੱਲੋਂ ਉਹਨਾਂ ਨੂੰ ਕੰਟਰੀਬਿਊਸ਼ਨ ਦੇ ਦਿੱਤੀ ਕੁਛ ਨਾ ਕੁਛ। ਸਾਰੇ ਪੱਖੋਂ ਦੇਖੋ ਕੋਈ ਵੀ ਪੂਰਾ ਨਹੀਂ ਹੋ ਸਕਦਾ, ਲੇਕਿਨ ਜੋ ਜੋ ਪਾਰਟ ਅਸੀਂ ਕਰ ਸਕਦੇ ਹਾਂ ਉਹ ਸਾਨੂੰ ਕਰਨਾ ਚਾਹੀਦਾ, ਸਿੱਖੀ ਨੂੰ ਪ੍ਰਮੋਟ ਕਰਨੀ ਚਾਹੀਦੀ ਹੈ ਜੀ। ਮੈਂ ਸਿੱਖ ਪਰਿਵਾਰ 'ਚ ਜੰਮਿਆ ਅਤੇ ਹੁਣ ਫਿਲਮਾਂ ਕਰਨ ਦੇ ਚੱਕਰ 'ਚ ਕੁਛ ਚੱਲਦੇ ਉਹ ਚੀਜ਼ਾਂ ਅਪ ਡਾਊਨ ਹੋ ਜਾਂਦੀਆਂ, ਅਤੇ ਗਲਾਸ ਜਿਹੜਾ ਉਹ ਅੱਧਾ ਭਰਿਆ ਗਲਾਸ ਹੈ, ਮੈਂ ਉਹਨੂੰ ਅੱਧਾ ਭਰਿਆ ਦੇਖਦਾ, ਮੈਂ ਅੱਧਾ ਖਾਲੀ ਨਹੀਂ ਦੇਖਦਾ। ਬਿਲਕੁਲ, ਇਹ ਪੋਜ਼ਿਟਿਵਿਟੀ ਹੁੰਦੀ ਹੈ, ਪੋਜ਼ਿਟਿਵਿਟੀ ਜ਼ਰੂਰ ਚਾਹੀਦੀ ਹੈ ਜੀ। ਬਿਲਕੁਲ ਜੀ। ਵੈਸੇ ਤੁਸੀਂ ਕਿਹਾ ਸਵਾਲ ਮੈਂ ਕੀਤਾ, ਪਰ ਉਹ ਸਵਾਲ ਮੇਰਾ ਨਹੀਂ ਸੀ ਤੁਹਾਡੇ ਨਾਲ। ਨਹੀਂ ਨਹੀਂ ਤੁਹਾਡਾ ਨਹੀਂ ਸੀਗਾ, ਤੁਹਾਡਾ ਮੈਨੂੰ ਪਹਿਲਾਂ। ਸਾਡੇ ਨਾਲ ਤਨੂੰ ਗਰੇਵਾਲ ਜੀ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਪ੍ਰਭ ਗਰੇਵਾਲ, ਸੋਰੀ, ਪ੍ਰਭ ਗਰੇਵਾਲ ਮੌਜੂਦ ਹੈ, ਇਹਨਾਂ ਦੀ 7ਵੀਂ ਫਿਲਮ ਹੈਗੀ ਆ, ਸੋ ਇਹਨਾਂ ਦਾ ਐਕਸਪੀਰੀਅੰਸ ਜਾਣਦੇ ਹਾਂ ਕੀ ਰਿਹਾ ਫਿਲਮ ਦੇ ਵਿੱਚ, ਸੋ ਕੀ ਰੋਲ ਅਦਾ ਕਰ ਰਹੇ ਹੋ ਫਿਲਮ 'ਚ? ਹਾਂਜੀ, ਇਹਦੇ 'ਚ ਮੇਰਾ ਇੱਕ ਬਹੁਤ ਸਿੰਪਲ ਕੁੜੀ ਦਿਖਾਈ ਆ ਜੋ ਕਿ ਆਪਣੀ ਫੈਮਿਲੀ ਨੂੰ ਬਹੁਤ ਕਨੈਕਟ ਕਰਦੀ ਆ, ਅਤੇ ਇਹਦੇ 'ਚ ਮੇਰਾ ਇਹ ਹੈਗਾ ਕਿ ਕਿਰਨਦੀਪ ਨਾਲ ਜਦੋਂ ਮੈਂ ਮਿਲਦੀ ਹਾਂ ਅਤੇ ਮੈਂ ਦੇਖਦੀ ਹਾਂ ਕਿ ਇਹਨਾਂ ਦਾ ਆਪਣੇ ਫੈਮਿਲੀ ਨੂੰ ਬਹੁਤ ਡਿਸਪਿਊਟ ਚੱਲਦਾ, ਅਤੇ ਮੇਰੇ ਇਹਦੇ ਵਿੱਚ ਇਹੀ ਆ ਕਿ ਮੈਂ ਉਹਨਾਂ ਨੂੰ ਇਹਨਾਂ ਦੀ ਫੈਮਿਲੀ ਨਾਲ ਕਿੱਦਾਂ ਕਨੈਕਟ ਕਰਦੀ ਹਾਂ, ਅਤੇ ਇੱਕ ਫੈਮਿਲੀ ਨੂੰ ਜੋੜਨ ਵਾਲੀ ਕੁੜੀ ਆ, ਅਤੇ ਇਹਦੇ 'ਚ ਮੇਰਾ ਬਹੁਤ ਸੋਹਣਾ ਕਰੈਕਟਰ ਆ ਜੋ ਕਿ ਇਹਦੇ 'ਚ ਤੁਸੀਂ ਦੇਖਿਆ ਹੋਊਗਾ, ਇਹਦੇ 'ਚ ਤੁਸੀਂ ਟ੍ਰੇਲਰ ਦੇਖਿਆ ਤਾਂ ਇਹਦੇ ਵਿੱਚ ਬਹੁਤ ਸਿੰਪਲ ਕੁੜੀ ਵੀ ਦਿਖਾਈ ਆ, ਉਸ ਤੋਂ ਬਾਅਦ ਕਲੱਬ ਵਿੱਚ ਜਾਂਦੀ ਆ, ਅਤੇ ਉੱਥੇ ਉਹਨਾਂ ਕੀ ਹੁੰਦਾ, ਦੈਨ ਉਹ ਜੇ ਕਲੱਬ ਵਿੱਚ ਜਾ ਗਈ ਆ ਤਾਂ ਵੀ ਉਹਨੇ ਸੂਟ ਪਾ ਕੇ ਗਈ ਆ, ਅਤੇ ਇਹਦੇ 'ਚ ਬਹੁਤ ਸੋਹਣਾ ਇੱਕ ਮੈਸੇਜ ਵੀ ਆ, ਅਸੀਂ ਇਹਨੂੰ ਬਹੁਤ ਸਿੰਪਲੀਸਿਟੀ ਰੱਖਿਆ ਵਾ ਜੋ ਕਿ ਮੇਰਾ ਜਿੱਦਾਂ ਦਾ ਕਰੈਕਟਰ ਹੈਗਾ ਬਹੁਤ ਸਿੰਪਲੀਸਿਟੀ ਵਾਲਾ ਹੈ, ਬਟ ਉਹ ਫਿਰ ਵੀ ਆਪਣੀ ਮਰਿਆਦਾ ਵਿੱਚ ਰਹਿੰਦੀ ਆ ਜੀ। ਪ੍ਰਭ ਗਰੇਵਾਲ ਜੀ, ਕਹਿ ਲਈਏ ਕਿ ਇਸ ਫਿਲਮ ਦੇ ਵਿੱਚ ਕਿਰਨਦੀਪ ਜੀ ਉਹਨਾਂ ਕੋਲੋਂ ਵੀ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਤੁਹਾਡਾ, ਜਿਵੇਂ ਤੁਸੀਂ ਦੱਸਿਆ ਕਿ ਮੈਂ ਜੇਕਰ ਕਲੱਬ ਦੇ ਵਿੱਚ ਵੀ ਗਈ ਹਾਂ ਤਾਂ ਮੈਂ ਪੂਰਾ ਆਪਣਾ ਪੰਜਾਬੀ ਰਵਾਇਤਾ ਰੱਖਿਆ, ਤੁਹਾਡੇ ਕੋਲੋਂ ਵੀ ਸਿੱਖਣ ਨੂੰ ਮਿਲੇਗਾ, ਇਹ ਚੀਜ਼ ਤਾਂ ਚਾਹੀਦੀ ਹੈ ਕਿ ਜਿਵੇਂ ਪੰਜਾਬ ਦਾ ਜਿਹੜਾ ਕਲਚਰ ਆ ਉਹਨੂੰ ਆਪਾਂ ਪ੍ਰਮੋਟ ਕਰੀਏ? ਬਿਲਕੁਲ ਚਾਹੀਦਾ ਆ, ਕਿਉਂਕਿ ਹੁਣ ਮੇਲਾ ਤਾਂ ਕਾਫੀ ਕੁਛ ਹੁਣ ਛੁੱਟ ਗਿਆ ਹੈ ਸਾਡਾ, ਜੋ ਚੀਜ਼ਾਂ ਚਾਹੀਦੀਆਂ ਸੀਗੀਆਂ ਜੋ ਪੁਰਾਣੇ ਟਾਈਮ ਅਸੀਂ ਜਿੱਦਾਂ ਰਹਿੰਦੇ ਸੀ, ਰਹਿਣ ਸਹਿਣ ਸਾਡਾ ਬਹੁਤ ਚੇਂਜ ਹੋ ਗਿਆ, ਕੁਛ ਜ਼ਿਆਦਾ ਫੈਕਟ ਮਿਲਾ ਸੋਸ਼ਲ ਮੀਡੀਆ ਕਰਕੇ ਹੋਇਆ ਵਾ, ਅੱਜ ਕੱਲ੍ਹ ਆਪਾਂ ਫੋਨ ਵਿੱਚ ਜ਼ਿਆਦਾ ਬਿਜ਼ੀ ਰਹਿਣ ਲੱਗ ਗਏ, ਸਾਡੀ ਫੈਮਿਲੀਆਂ ਨਾਲ ਸਾਡਾ ਕਨੈਕਸ਼ਨ ਨਹੀਂ ਹੁੰਦਾ, ਅਤੇ ਇੱਕ ਜੋ ਤੁਸੀਂ ਕਿਹਾ ਕਿ ਕਲਚ ਮਤਲਬ ਠੀਕ ਆ, ਡਰੈਸਿੰਗ ਸੈਂਸ ਇਹ ਨਹੀਂ ਕਿ ਮਾੜੀ ਆ, ਵੈਸਟਰਨ ਵੀ ਮਾੜੀ ਨਹੀਂ ਆ, ਉਹ ਵੀ ਮੈਂ ਵੀ ਵੈਸਟਰਨ ਪਾਉਂਦੀ, ਇਹ ਨਹੀਂ ਕਿ ਮੈਂ ਡੇਲੀ ਸੂਟ ਪਾਉਂਦੀ ਹਾਂ, ਮੈਂ ਵੀ ਵੈਸਟਰਨ ਵੀਅਰ ਕਰਦੀ ਹਾਂ, ਬਟ ਇੱਕ ਸਿਰਫ ਇਹ ਹੁੰਦਾ ਕਿ ਤੁਸੀਂ ਆਪਣੇ ਫੈਮਿਲੀ ਜੋ ਤੁਹਾਨੂੰ ਫੈਮਿਲੀ ਲੋ ਕਰਦੀ ਹੈ ਉਹ ਪਾਓ, ਜੋ ਤੁਹਾਨੂੰ ਕਹਿੰਦੇ ਕਿ ਖਾਓ ਮਨ ਪਾਉਂਦਾ ਪਹਿਨੋ ਜੱਗ ਪਾਉਂਦਾ, ਹੈ ਨਾ, ਉਹ ਚੀਜ਼ ਜ਼ਰੂਰੀ ਆ। ਹਾਂਜੀ, ਸੋ ਜਿਵੇਂ ਕਹਿ ਲਈਏ ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਫੀਲਡ ਦੇ ਵਿੱਚ ਕੰਮ ਕਰਦੇ ਹੋਏ? ਮੈਂ ਜੋ ਜੁਆਇਨ ਕੀਤਾ ਸੀ, ਮੈਂ ਕਾਲਜ ਸੈਕਿੰਡ ਈਅਰ 'ਚ ਸੀਗੀ, 2015 'ਚ ਮੈਂ ਜੁਆਇਨ ਕੀਤਾ ਸੀ, ਮੈਨੂੰ ਹੋ ਗਏ 8 ਸਾਲ ਹੋ ਗਏ ਇੰਡਸਟਰੀ। ਕਿੰਨਾ ਕੁ ਜ਼ਿੰਦਗੀ ਦੇ ਵਿੱਚ ਬਦਲਾਵ ਆ ਜਾਂਦਾ ਆਮ ਜ਼ਿੰਦਗੀ ਦੇ ਵਿੱਚ, ਅਤੇ ਇੱਕ ਐਕਟਰਸ ਵਾਲੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਬਦਲਾਵ ਹੁੰਦਾ? ਕਾਫੀ ਜ਼ਿਆਦਾ ਹੁੰਦਾ ਆ, ਬਹੁਤ ਜ਼ਿਆਦਾ ਹੁੰਦਾ, ਬਟ ਉਹ ਵਧੀਆ ਵੀ ਲੱਗਦਾ ਕੁਛ, ਕਿਉਂਕਿ ਅਸੀਂ ਜੋ ਸਿੱਖਦੇ ਹਾਂ ਬਹੁਤ ਚੀਜ਼ਾਂ ਸਿੱਖਦੇ ਹਾਂ ਇੰਡਸਟਰੀ 'ਚ, ਬਹੁਤ ਕੁਛ ਲਰਨ ਕੀਤਾ ਮੈਂ, ਅਤੇ ਇਹਦੇ ਵਿੱਚ ਮੈਂ ਜਦੋਂ ਮੇਰੀ ਲਾਈਫ, ਜੇ ਤੁਸੀਂ ਕਹਿੰਦੇ ਹੋ ਕਿ ਆਰਟਿਸਟ ਦੀ ਲਾਈਫ ਵਿੱਚ ਓਬੀਅਸਲੀ ਚੇਂਜ ਆਉਂਦਾ, ਥੋੜ੍ਹਾ ਇਹ ਹੁੰਦਾ ਹੈ ਕਿ ਉਹ ਖੁੱਲ੍ਹ ਕੇ ਨਹੀਂ ਕਿਤੇ ਬਹਿ ਉੱਠ ਨਹੀਂ ਸਕਦੇ ਅਸੀਂ, ਹੈ ਨਾ, ਉਹ ਚੀਜ਼ਾਂ ਥੋੜ੍ਹੀਆਂ ਮੈਂ ਹੋ ਜਾਂਦੀ, ਕਿਤੇ ਨਾ ਕਿਤੇ ਸਾਡਾ ਦਿਲ ਕਰਦਾ ਕਿ ਜਾ ਕੇ ਬੈਠੀਏ ਉੱਠੀਏ, ਹੈ ਨਾ, ਕਿਤੇ ਉਹ ਵਧੀਆ ਲੱਗਦਾ, ਬਟ ਇਹ ਵੀ ਬਹੁਤ ਵਧੀਆ ਲੱਗਦਾ ਜਦੋਂ ਤੁਹਾਨੂੰ ਆ ਕੇ ਕੋਈ ਮਿਲਦੇ ਨੇ, ਤੁਹਾਡੇ ਫੈਨ ਮਿਲਦੇ ਨੇ, ਫੋਟੋ ਕਰਾਉਂਦੇ ਨੇ, ਉਹ ਇੱਕ ਅਲੱਗ ਫੀਲ ਹੁੰਦੀ ਆ। ਕਹਿ ਲਈਏ ਕਿ ਕਈ ਵਾਰੀ ਕਈ ਚੀਜ਼ਾਂ ਔਖੀਆਂ ਵੀ ਹੁੰਦੀਆਂ ਕਰਨੀਆਂ, ਕਿ ਯਾਰ ਆਪਾਂ ਕਈ ਜਗ੍ਹਾ 'ਤੇ ਇਕੱਲੇ ਨਹੀਂ ਜਾ ਸਕਦੇ, ਉੱਥੇ ਜ਼ਿਆਦਾ ਭੀੜ ਭਾੜ ਹੋ ਜਾਏਗੀ, ਹੈ ਨਾ, ਇੱਦਾਂ ਦੀਆਂ ਜ਼ਿੰਦਗੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਚੀਜ਼ਾਂ ਆਉਂਦੀਆਂ ਨੇ, ਬਟ
ਹੁਣ ਤਾਂ ਵੈਸੇ ਮਾਸਕ ਆ ਗਏ ਨੇ, ਮਾਸਕ ਕਰਕੇ ਨਹੀਂ, ਮਾਸਕ ਨੇ ਬਹੁਤ ਕੁਛ ਬਚਾਇਆ ਹੋਇਆ। ਜੇ ਤੁਹਾਡਾ ਦਿਲ ਕਰਦਾ, ਮੈਂ ਤਾਂ ਵੈਸੇ ਜਦੋਂ ਮੇਰਾ ਦਿਲ ਕਰਦਾ ਮੈਂ ਬਾਹਰ ਵੀ ਜਾ ਕੇ ਖਾ ਆਉਂਦੀ ਹਾਂ, ਇਹ ਨਹੀਂ ਗਾ ਕਿ ਮੈਂ ਨਹੀਂ ਜਾਂਦੀ, ਬਟ ਵਧੀਆ ਲੱਗਦਾ। ਜੇ ਇਹ ਨਹੀਂ ਗਾ ਕਿ ਅਸੀਂ ਆਪਣੀ ਪਹਿਚਾਣ ਲੁਕਾ ਕੇ ਜਾਈਏ, ਪਹਿਚਾਣ ਲੁਕਾਵਾਂਗੇ ਕਿ ਲੋਕ ਮਿਲਦੇ ਨੇ ਸਾਨੂੰ, ਜਾਣਦੇ ਨੇ, ਉਹ ਚੀਜ਼ ਹੋਰ ਵੀ ਜ਼ਿਆਦਾ ਵਧੀਆ ਫੀਲ ਹੁੰਦੀ ਹੈ ਕਿ ਅਸੀਂ ਜੇ ਚਾਹੇ ਮੇਕਅਪ ਕਰਕੇ ਜਾਓ ਚਾਹੇ ਨਾ ਕਰਕੇ ਜਾਓ, ਬਟ ਫਿਰ ਵੀ ਲੋਕਾਂ ਦੇ ਦਿਲਾਂ 'ਚ ਉਹ ਪਿਆਰ ਹੈਗਾ ਸਾਡੇ ਲਈ, ਸਮਝਦੇ ਕਿ ਹਾਂ ਵੀ ਬੰਦਾ ਕਾਫੀ ਡਾਊਨ ਟੂ ਅਰਥ ਹੈਗਾ। ਬਿਲਕੁਲ ਬਿਲਕੁਲ। ਸਾਡੇ ਨਾਲ ਇਸ ਫਿਲਮ ਦੇ ਡਾਇਰੈਕਟਰ ਭੁਪਿੰਦਰ ਸਿੰਘ ਜੀ ਵੀ ਮੌਜੂਦ ਆ, ਗੱਲਬਾਤ ਕਰਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਹਿੰਦਾ ਬਹੁਤ ਵਧੀਆ ਤੁਸੀਂ ਲਿਆ ਰਹੇ ਹੋ, ਆਪਣਾ ਗੱਤਕੇ ਨੂੰ ਪ੍ਰਮੋਟ ਕਰ ਰਹੇ ਹੋ, ਇੱਦਾਂ ਦੇ ਡਾਇਰੈਕਟਰਾਂ ਦੀ ਲੋੜ ਹੈਗੀ ਆ ਪੰਜਾਬ ਨੂੰ। ਸੋ ਕੀ ਮਕਸਦ ਰਿਹਾ ਮੂਵੀ ਪਿੱਛੇ? ਦੇਖੋ, ਮੂਵੀ ਪਿੱਛੇ ਮਕਸਦ ਇੱਕੋ ਹੀ ਸੀਗਾ ਕਿ ਆਪਣੇ ਗੁਰੂ ਸਾਹਿਬਾਨਾਂ ਦੀਆਂ ਦੱਸੀਆਂ ਹੋਈਆਂ ਚੀਜ਼ਾਂ ਦੇ ਉੱਤੇ, ਦੇਖੋ ਪਾਏ ਹੋਏ ਪੂਰਨਿਆਂ 'ਤੇ ਸਾਨੂੰ ਚੱਲਣਾ ਜ਼ਰੂਰ ਚਾਹੀਦਾ ਹੈਗਾ, ਅਤੇ ਗੁਰੂ ਸਾਹਿਬਾਂ ਨੇ ਆਪਾਂ ਨੂੰ ਬਹੁਤ ਕੁਝ ਦੱਸਿਆ ਹੈ, ਬਹੁਤ ਕੁਛ ਐਸੀਆਂ ਚੀਜ਼ਾਂ ਦੱਸੀਆਂ ਜਿਨ੍ਹਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ, ਪਿਛੜਦੇ ਜਾ ਰਹੇ ਹਾਂ। ਉਹਨਾਂ ਚੀਜ਼ਾਂ ਨੂੰ ਯਾਦ ਰੱਖਣ ਵਾਸਤੇ, ਉਹਨਾਂ ਚੀਜ਼ਾਂ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਅਸੀਂ ਉਹ ਚੀਜ਼ਾਂ ਨੂੰ ਅੱਗੇ ਲੈ ਕੇ ਆ ਰਹੇ ਹਾਂ ਜੀ। ਬੇਸਿਕਲੀ ਗੱਤਕਾ ਵਿੱਚ ਦਿਖਾਇਆ ਗਿਆ, ਫਿਰ ਇੱਕ ਵੀਰ ਨੇ ਸਵਾਲ ਵੀ ਕੀਤਾ ਸੀਗਾ ਕਿ ਦਾੜੀ ਕੱਟੀ ਹੋਈ ਆ, ਗੱਤਕਾ ਖੇਡ ਸਕਦੇ? ਪਰ ਠੀਕ ਆ, ਆਪਾਂ ਜੇਕਰ ਗੱਤਕੇ ਦੀ ਟ੍ਰੇਨਿੰਗ ਲੈ ਰਹੇ ਹਾਂ ਅਤੇ ਗੁਰੂ ਸਾਹਿਬਾਨ ਕਹਿੰਦੇ ਕਿ ਤੁਸੀਂ ਆਪਣੇ ਦਾੜੀ ਪ੍ਰਕਾਸ਼ ਕਰ ਸਕਦੇ ਹੋ ਨਾਲ ਦੇ ਨਾਲ, ਸੋ ਫਿਲਮ ਦੇ ਵਿੱਚ ਖਾਸ ਕਰਕੇ ਜੇਕਰ ਗੱਲ ਕਰਾਂ ਤਾਂ ਗੁਰਮਰਿਆਦਾ ਦਾ ਧਿਆਨ ਰੱਖਿਆ ਗਿਆ? ਬਿਲਕੁਲ, ਗੁਰਮਰਿਆਦਾ ਦਾ ਪੂਰਾ ਧਿਆਨ ਰੱਖਿਆ ਗਿਆ, ਕਿਉਂਕਿ ਦੇਖੋ ਜਰਨੈਲ ਭਾਜੀ ਦਾ ਮੈਂ ਜਿੱਦਾਂ ਪਹਿਲੇ ਵੀ ਜ਼ਿਕਰ ਕੀਤਾ ਸੀ, ਜਰਨੈਲ ਭਾਜੀ ਗੱਤਕੇ ਦੇ ਆਪ ਖੁਦ ਖਿਡਾਰੀ ਨੇ, ਔਰ ਜਰਨੈਲ ਭਾਜੀ ਨੇ ਸਾਡੇ ਨਾਲ ਉਹ ਹਰ ਚੀਜ਼ ਨੂੰ, ਅਸੀਂ ਜਰਨੈਲ ਭਾਜੀ ਨੂੰ ਦੱਸਿਆ ਵੀ ਅਸੀਂ ਗੱਤਕੇ ਨੂੰ ਦਿਖਾਉਣਾ ਕਿਸ ਤਰ੍ਹਾਂ ਚਾਹੁੰਦੇ ਹਾਂ, ਅਤੇ ਉਹਦੇ ਵਿੱਚ ਤੁਸੀਂ ਪੂਰਾ ਸਾਨੂੰ ਸਾਥ ਦੇਣਾ ਹੈ, ਵੀ ਸਾਨੂੰ ਦੱਸਣਾ ਵੀ ਕਿਤੋਂ ਸਾਡੇ ਕੋਲ ਕੋਈ ਗਲਤੀ ਨਾ ਹੋ ਜਾਏ, ਕਿਉਂਕਿ ਦੇਖੋ ਕਈ ਚੀਜ਼ਾਂ ਨੂੰ ਅਸੀਂ ਦਿਖਾਉਣ 'ਚ, ਕਿਉਂਕਿ ਹਰੇਕ ਬੰਦੇ ਦਾ ਨਾ ਦੇਖਣ ਦਾ ਨਜ਼ਰੀਆ, ਸਮਝਣ ਦਾ ਨਜ਼ਰੀਆ, ਬੋਲਣ ਦਾ ਨਜ਼ਰੀਆ, ਸੁਣਨ ਦਾ ਨਜ਼ਰੀਆ ਵੱਖਰਾ ਵੱਖਰਾ ਹੁੰਦਾ, ਅਸੀਂ ਕਿਸੇ ਦੇ ਨਜ਼ਰੀਏ ਨੂੰ ਬਦਲ ਨਹੀਂ ਸਕਦੇ, ਪਰ ਅਸੀਂ ਜਿਸ ਨਜ਼ਰੀਏ ਨਾਲ ਜਾਂ ਜਿਸ ਸੋਚ ਨਾਲ ਅਸੀਂ ਜਿਸ ਚੀਜ਼ ਨੂੰ ਲੈ ਕੇ ਆ ਰਹੇ ਹਾਂ, ਉਹ ਲੋਕ ਉਸ ਚੀਜ਼ ਨੂੰ ਸਮਝ ਪਾਉਣ ਜਾਂ ਉਹ 'ਚੋਂ ਕੋਈ ਸਾਡੇ ਕੋਲ ਕੋਈ ਤਰੁੱਟੀ ਨਾ ਹੋ ਜਾਵੇ। ਅਤੇ ਜਰਨੈਲ ਭਾਜੀ ਦੀ ਟੀਮ ਨੇ ਔਰ ਜਰਨੈਲ ਭਾਜੀ ਨੇ ਸਾਡਾ ਬਹੁਤ ਸਾਥ ਦਿੱਤਾ, ਉਹ ਆਪ ਨਾਲ ਲੱਗੇ ਰਹੇ, ਫਿਰ ਬਾਅਦ 'ਚ ਪਤਾ ਲੱਗਾ ਵੀ ਗੱਤਕੇ ਦੇ ਤਾਂ ਉਹ ਆਪ ਬੜੇ ਵੱਡੇ ਖਿਡਾਰੀ ਨੇ, ਠੀਕ ਹੈ ਨਾ, ਅਤੇ ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ। ਜਨਰਲ ਟੀਮ ਨਾਲ ਕੰਮ ਕਰਨ ਦਾ ਕਿੰਨਾ ਕੁ ਮਜ਼ਾ ਆਇਆ ਜਦੋਂ ਟ੍ਰੇਨਿੰਗ ਡਿਊਰਿੰਗ ਗੱਤਕੇ ਦੀ ਟ੍ਰੇਨਿੰਗ ਕਹਿ ਲਈਏ ਜਾਂ ਫਿਲਮ ਦੀ ਸ਼ੂਟਿੰਗ ਦੌਰਾਨ, ਕਿੰਨਾ ਕੁ ਮਜ਼ਾ ਆਇਆ ਸਾਰੀ ਸਟਾਰ ਕਾਸਟ ਨਾਲ? ਦੇਖੋ ਜੀ, ਬਹੁਤ ਅੱਛਾ ਲੱਗਿਆ, ਕਿਉਂਕਿ ਦੇਖੋ ਇਹ ਟੀਮ ਜਿਹੜੀ ਹੈ ਮੇਰੀ ਸਾਰੀ ਟੀਮ ਸੀਗੀ, ਠੀਕ ਹੈ ਨਾ, ਜਿੰਨੇ ਵੀ ਹੈ, ਕਿਉਂਕਿ ਮੇਰੀ ਇਹ ਪੰਜਵੀਂ ਫਿਲਮ ਹੈਗੀ ਆ, ਅਤੇ ਕਿਰਨਦੀਪ ਨੂੰ ਮਈਓਂ ਲਾਂਚ ਕੀਤਾ ਸੀਗਾ, ਪਹਿਲੀ ਫਿਲਮ 'ਚ ਮੈਂ ਲੈ ਕੇ ਆਇਆ ਸੀ ਇਹਨੂੰ ਜਿੰਦਰਾ। ਜਿੰਦਰਾ 'ਚ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਹੈ ਕਿ ਮਾਂ ਬਾਪ ਦੇ ਲਗਾਏ ਹੋਏ ਸੰਸਕਾਰਾਂ ਦੇ ਜਿੰਦਰੇ ਔਲਾਦ ਨੂੰ ਕਦੀ ਨਹੀਂ ਤੋੜਨੇ ਚਾਹੀਦੇ, ਅਗਰ ਉਹ ਤੋੜਨਗੇ ਬਹੁਤ ਵੱਡਾ ਖਮਿਆਜਾ ਭੁਗਤਣਾ ਪਏਗਾ। ਕਿਸ ਤਰ੍ਹਾਂ ਭੁਗਤਣਾ ਪਏਗਾ ਉਸ ਫਿਲਮ 'ਚ ਦਿਖਾਇਆ, ਚੌਪਾਲ ਦੇ ਉੱਤੇ ਆਲਰੇਡੀ ਹੈ। ਔਰ ਅਗਲੀ ਫਿਲਮ ਮੈਂ ਫਿਰ ਕੀਤੀ ਸੀ, ਇੰਟਰਨੈਸ਼ਨਲ ਮੁੱਦਾ ਸੀਗਾ ਆਪਣਾ ਕਿਸਾਨੀ ਦਾ, ਇੰਟਰਨੈਸ਼ਨਲ ਲੈਵਲ 'ਤੇ ਸੀ, ਕਿਸੇ ਨੇ ਉੱਤੇ ਫਿਲਮ ਹੀ ਨਹੀਂ ਬਣਾਈ। ਅੱਛਾ। ਉਸ ਮਾਲਕ ਨੇ ਫਿਰ ਮੈਨੂੰ ਸੋਝੀ ਦਿੱਤੀ ਅਤੇ ਉਹ ਫਿਲਮ ਨੂੰ ਬਣਾਇਆ, ਫਿਲਮ ਦਾ ਨਾਮ ਹੈ ਸੋ ਮਿੱਟੀ ਦੀ, ਉਹ ਵੀ ਚੌਪਾਲ 'ਤੇ ਹੈਗੀ ਹੈ। ਉਸ ਤੋਂ ਪਹਿਲੇ ਵੀ ਮੈਂ ਜਿਹੜੀਆਂ ਦੋ ਫਿਲਮਾਂ ਦੱਸ ਰਿਹਾ, ਉਸ ਤੋਂ ਪਹਿਲੇ ਵੀ ਇੱਕ ਫਿਲਮ ਮੈਂ ਕੀਤੀ ਸੀਗੀ ਗੁਰੂ ਨਾਨਕ ਦੇਵ ਦੇ 550 ਸਾਲ ਦੇ ਉੱਤੇ, ਮੂਲ ਮੰਤਰ ਗੁਰੂ ਨਾਨਕ ਸਾਹਿਬ, ਹਾਂਜੀ, ਫਿਲਮ ਦਾ ਨਾਮ ਹੈ ਮੂਲ ਮੰਤਰ, ਉਹ 'ਚ ਹੋਬੀ ਧਾਲੀਵਾਲ, ਮਲਕੀਤ ਰੋਣੀ, ਦੀਪਕ ਰਾਜਾ, ਹੋਰ ਵੀ ਬੜੇ ਸਾਰੇ ਆਰਟਿਸਟ ਨੇ ਇੱਦਾਂ। ਅਤੇ ਉਹ ਮੂਲ ਮੰਤਰ ਦੇ ਅੰਦਰ ਜਿਹੜਾ ਸੀਗਾ ਮੈਂ ਦਿਖਾਇਆ ਸੀਗਾ ਕਿ ਮੂਲ ਮੰਤਰ ਕੀ ਹੈ, ਮੂਲ ਮੰਤਰ ਕਿੱਥੋਂ ਤੱਕ ਹੈ, ਮੂਲ ਮੰਤਰ ਪੜ੍ਹਨਾ ਕੀ ਹੁੰਦਾ, ਜੇ ਜਗ੍ਹਾ ਦੇ ਉੱਤੇ ਮੂਲ ਮੰਤਰ ਪੜ੍ਹਿਆ ਜਾਵੇ ਉਹ ਜਗ੍ਹਾ ਦਾ ਐਨਰਜੀ ਲੈਵਲ ਕੀ ਹੁੰਦਾ, ਜਿੱਥੇ ਅਸੀਂ ਚੰਗੀ ਗੱਲ ਕਰਾਂਗੇ ਉੱਥੋਂ ਦਾ ਐਨਰਜੀ ਲੈਵਲ ਵੱਖਰਾ ਹੋਏਗਾ। ਅਤੇ ਗੁਰੂ ਨਾਨਕ ਸਾਹਿਬ ਨੇ ਪੂਰੀ ਸ੍ਰਿਸ਼ਟੀ ਦਾ ਜੋ ਮੂਲ ਨਿਚੋੜ ਹੈ ਨਾ, ਉਹਨਾਂ ਨੇ ਮੂਲ ਮੰਤਰ 'ਚ ਦੱਸਿਆ ਸੀਗਾ। ਔਰ ਕੁਦਰਤ ਨੇ ਮੈਨੂੰ ਦੇਖੋ ਸਭ ਤੋਂ ਪਹਿਲੇ ਜਿਹੜਾ ਵੀ ਕੰਮ ਕਰਾਉਣਾ ਹੁੰਦਾ, ਪਹਿਲੇ
ਹੈ ਕੁਦਰਤ ਪਹਿਲੇ ਬੰਦੇ ਨੂੰ ਕਰਾ ਦਿੰਦੀ ਹੈ ਕਿ ਵੀ ਇਹ ਕਰ, ਹਾਲਾਂਕਿ ਉਦੋਂ ਕਹਿੰਦੇ ਆ ਸਾਡਾ ਇਹ ਕੰਮ ਤਾਂ ਨਹੀਂ ਹੈਗਾ ਸੀ, ਸਾਨੂੰ ਕਿਉਂ ਕਰਾ ਦਿੱਤਾ। ਅਤੇ ਮੈਂ 2012 'ਚ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਤੇ ਸ਼ੋਰਟ ਟਰਮ ਕੋਰਸ ਕੀਤਾ ਸੀ, ਅਤੇ ਜਦੋਂ ਗੁਰੂ ਨਾਨਕ ਦੇ 550 ਸਾਲ ਸੀ 2019 ਦੇ ਅੰਦਰ, ਸਾਰੀ ਦੁਨੀਆ ਕੁਛ ਨਾ ਕੁਛ ਕਰ ਰਹੀ, 4 ਕੰਮ ਮੇਜਰ ਹੋ ਰਹੇ ਸੀ ਜੋ ਮੈਂ ਨੋਟਿਸ ਕਰ ਰਿਹਾ ਸੀ। ਕੋਈ ਲੰਗਰ ਲਗਾ ਰਿਹਾ, ਕੋਈ ਕੀਰਤਨ ਦਰਬਾਰ ਕਰਾਏ, ਕੋਈ ਨਗਰ ਕੀਰਤਨ ਕੱਢ ਰਿਹਾ ਸੀ, ਕੋਈ ਕਰਤਾਰਪੁਰ ਲਾਂਘੇ 'ਤੇ ਲੱਗਾ ਹੋਇਆ ਸੀ, ਸਾਰੀ ਦੁਨੀਆ ਕੁਛ ਨਾ ਕੁਛ ਕਰ ਰਹੀ ਸੀ। ਮੈਂ ਆਖਿਆ ਵੀ ਅਗਰ ਇਹੋ ਕੰਮ ਸਾਰਾ ਅਗਰ ਮੈਂ ਵੀ ਉੱਦਾਂ ਹੀ ਕਰਤਾ ਫਿਰ ਕਿਸੇ ਨਾ ਕਿਸੇ ਨਾ ਤਾਂ ਕੁਛ ਕਰਨਾ ਪਏਗਾ ਵੱਖਰਾ। ਮਾਲਕ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਨੂੰ ਕੁਛ ਵੱਖਰਾ ਕਰਨ ਦਾ ਬਲ ਬਖਸ਼ੋ, ਅਤੇ ਮੇਰੇ ਮੋਬਾਈਲ ਦੇ ਉੱਤੇ ਮੂਲ ਮੰਤਰ ਲਿਖੇ ਹੋਏ ਆਉਣੇ ਸ਼ੁਰੂ ਹੋ ਗਏ, ਮੈਨੂੰ ਇੰਟੀਮੇਸ਼ਨ ਦਿੱਤੇ ਉਸ ਮਾਲਕ ਨੇ। ਅਤੇ ਮੈਂ ਫਿਰ ਮੂਲ ਮੰਤਰ ਦੀ ਸਟੱਡੀ ਕੀਤੀ, ਮੂਲ ਮੰਤਰ ਕੀ ਹੈ, ਮੂਲ ਮੰਤਰ ਕਿੱਥੋਂ ਤੱਕ ਮੂਲ ਮੰਤਰ ਪੜ੍ਹਨਾ, ਫਿਰ ਉਹਦੇ 'ਤੇ ਮੈਂ ਮੂਲ ਮੰਤਰ ਫਿਲਮ ਲਿਖੀ ਔਰ ਬਣਾਈ, ਸੈਂਕੜੋ ਅਵਾਰਡ ਮਿਲੇ ਉਸ ਫਿਲਮ ਨੂੰ ਮੈਨੂੰ, ਹਜੇ ਤੱਕ ਵੀ ਮੈਨੂੰ ਅਵਾਰਡ ਮਿਲਦੇ ਨੇ, ਜਦੋਂ ਕੋਈ ਦੇਖਦਾ ਤਾਂ ਮੈਨੂੰ ਅਵਾਰਡ ਦਿੰਦੇ ਨੇ, ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਉਹ ਫਿਲਮ ਆਪਣੇ ਆਪ 'ਚ ਇੱਕ ਅਮਰ ਫਿਲਮ ਹੋ ਗਈ ਹੈ। ਅਤੇ 2024 ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 555 ਸਾਲ ਕੰਪਲੀਟ ਹੋਣਗੇ, ਅਤੇ ਉਹਦੇ ਉੱਤੇ ਮੂਲ ਮੰਤਰ 2 ਕਰਨ ਵਾਸਤੇ ਅਸੀਂ ਤਿਆਰੀ ਕਰ ਰਹੇ ਹਾਂ। ਅਤੇ ਉਹਦੇ ਅੰਦਰ ਇਹ ਦੱਸਣ ਜਾ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਜ਼ਿੰਦਗੀ ਦਾ ਮੂਲ ਮੰਤਰ ਕੀ ਦਿੱਤਾ ਹੈ, ਉਹਦੇ 'ਤੇ ਅਸੀਂ ਫਿਲਮ ਬਣਾਉਣੀ ਹੈ ਜੀ। ਬਹੁਤ ਬਹੁਤ ਮੁਬਾਰਕਾਂ ਵਾ ਜੀ, ਬਹੁਤ ਬਹੁਤ ਮੁਬਾਰਕਾਂ। ਤਾਂ ਬਿਲਕੁਲ ਭੁਪਿੰਦਰ ਸਿੰਘ ਹੋਣੀ ਆਪ ਵੀ ਸਾਬਤ ਸੂਰਤ ਨੇ, ਤਾਂ ਸੋਚ ਵੀ ਸਾਬਤ ਸੂਰਤ ਵਰਗੀ ਹੈ, ਜਿੱਥੇ ਇੱਦਾਂ ਦੀਆਂ ਇਤਿਹਾਸਿਕ ਫਿਲਮਾਂ ਜਿਹੜੀਆਂ ਨੇ ਉਹ ਲਾਂਚ ਕਰਦੇ ਪਏ ਆ। ਸੋ ਇਸ ਫਿਲਮ ਦੇ ਵਿੱਚ ਇੱਕ ਕਿਰਦਾਰ ਕਹਿ ਲਈਏ ਸੰਨੀ ਭਾਜੀ ਉਹਨਾਂ ਦਾ, ਜੋ ਗੱਤਕੇ ਦੇ ਮਾਸਟਰ ਬਣੇ ਹੋਏ ਆ, ਗੱਤਕਾ ਨਹੀਂ ਸੀ ਹੁੰਦਾ, ਪਹਿਲਾਂ ਉਹਨਾਂ ਨੇ ਆਪ ਗੱਤਕੇ ਦੀ ਟ੍ਰੇਨਿੰਗ ਲਈ ਆ, ਫਿਰ ਕਿਰਨਦੀਪ ਜੀ ਦੇ ਉਸਤਾਦ ਬਣੇ ਉਸ ਫਿਲਮ ਦੇ ਵਿੱਚ। ਸੋ ਸ਼ਖਸੀਅਤ ਵੀ ਮੌਜੂਦ ਹੈਗੀ ਆ, ਗੱਲਬਾਤ ਕਰਦੇ ਹਾਂ ਸੰਨੀ ਭਾਜੀ ਉਹਨਾਂ ਨਾਲ। ਸੋ ਅੱਜ ਸੰਨੀ ਭਾਜੀ ਇਸ ਜਗ੍ਹਾ 'ਤੇ ਬੈਠੇ ਨੇ। ਸੰਨੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਭਾਜੀ ਤੁਹਾਡਾ? ਹਾਂਜੀ, ਕਿਸਦਾ ਕੀ ਕਿਰਦਾਰ ਕਰ ਰਹੇ ਹੋ ਇਹਦੇ 'ਚ? ਮੇਰਾ ਇਹਦੇ ਵਿੱਚ ਉਸਤਾਦ ਦਾ ਕਰੈਕਟਰ ਜਿਹੜਾ ਕਿ ਹੀਰੋ ਨੂੰ ਗੱਤਕਾ ਸਿਖਾਉਂਦਾ, ਅਤੇ ਜਦੋਂ ਵਾਪਸ ਆਉਂਦਾ ਬਾਹਰੋਂ ਅਤੇ ਉਹਦੀ ਜ਼ਿੱਦ ਹੁੰਦੀ ਕਿ ਮੈਂ ਸਿੱਖਣਾ, ਪਹਿਲੇ ਮੈਂ ਨਾ ਕਰ ਦਿੰਦਾ ਕਿਸੇ ਕਾਰਨਵਸ਼, ਪਰ ਉਹਦਾ ਜਨੂੰਨ ਦੇਖ ਕੇ ਮੈਂ ਮੰਨ ਜਾਂਦਾ ਵੀ ਠੀਕ ਹੈ, ਅਤੇ ਬਹੁਤ ਮਿਹਨਤ ਕਰਦਾ, ਮੈਂ ਵੀ ਪੂਰੀ ਮਿਹਨਤ ਨਾਲ ਕਰਾਉਣਾ, ਅਤੇ ਫਿਰ ਉਹ ਕੰਪਟੀਸ਼ਨ ਹਿੱਸਾ ਲੈਂਦਾ, ਜਿੱਤਦਾ, ਅਤੇ ਇੱਕ ਹੈਪੀ ਐਂਡਿੰਗ ਹੁੰਦੀ ਹੈ। ਬਹੁਤ ਚੈਲੇਂਜਿੰਗ ਕਰੈਕਟਰ ਸੀ ਮੇਰੇ ਲਈ। ਜਰਨੈਲ ਭਾਅ ਜੀ ਦੱਸਦੇ ਕਿ ਸੰਨੀ ਭਾਅ ਜੀ ਉਹਨਾਂ ਨੂੰ ਗੱਤਕਾ ਨਹੀਂ ਸੀ ਆਉਂਦਾ, ਪਹਿਲਾਂ ਉਹਨਾਂ ਨੂੰ ਟ੍ਰੇਨਿੰਗ ਦਵਾਈ, ਫਿਰ ਉਹਨਾਂ ਨੂੰ ਉਸਤਾਦ ਦਾ ਰੋਲ ਉਹਦੇ 'ਚ ਦਿੱਤਾ, ਕਿਰਨਦੀਪ ਜੀ ਨੂੰ ਸਿਖਾ। ਹਾਂ, ਉਹ ਟ੍ਰੇਨਿੰਗ ਦਾ ਸੈਂਸ ਕਿ ਉਹ ਅਲੱਗ ਨਹੀਂ ਟ੍ਰੇਨਿੰਗ ਲਈ, ਔਨ ਦਾ ਸਪੋਟ ਹੀ ਜਦੋਂ ਸ਼ਾਰਟ ਹੁੰਦਾ ਸੀਗਾ। ਅੱਛਾ। ਅਤੇ ਪਹਿਲੇ ਮੈਨੂੰ ਉਹ ਐਕਸ਼ਨ ਦੱਸ ਦਿੰਦੇ ਸੀ, ਆਹ ਐਕਸ਼ਨ ਤੁਸੀਂ ਕਰਨਾ, ਅਤੇ ਉਹ ਥੋੜ੍ਹੀ ਜਿਹੀ ਰਿਹਰਸਲ ਕਰਕੇ ਤਾਂ ਆਪਾਂ ਨਾਲ ਦੇ ਨਾਲ ਸ਼ਾਰਟ ਦੇ ਦਿੰਦੇ। ਅੱਛਾ, ਟ੍ਰੇਲਰ ਦੇ ਵਿੱਚ ਆਪਾਂ ਇਹ ਵੀ ਦੇਖਿਆ ਕਿ ਕਿਰਨਦੀਪ ਜੀ ਪੈਂਤਰਾ ਕਰਦੇ ਪਏ ਆ ਸ਼ਸਤਰ ਚੁੱਕਣ ਤੋਂ ਪਹਿਲਾਂ। ਸੋ ਪੈਂਤਰੇ ਦਾ ਵੀ ਵਿੱਚ ਜ਼ਿਕਰ ਕੀਤਾ ਗਿਆ ਕਿ ਗੁਰੂ ਸਾਹਿਬਾਨ ਕਿੱਦਾਂ ਸ਼ਸਤਰਾਂ ਦੀ ਪੂਜਾ ਕਰਦੇ ਸੀ, ਉਹ ਪੈਂਤਰਾ ਤਾਂ ਕਰਕੇ ਕਰਦੇ ਆ। ਹਾਂਜੀ। ਸੋ ਉਹ ਵੀ ਚੀਜ਼ਾਂ ਤੁਸੀਂ ਬਿਲਕੁਲ, ਜਿਵੇਂ ਫਤਿਹਨਾਮਾ ਜਿਵੇਂ ਕਰਨਾ ਪਹਿਲੇ ਲੜਨ ਤੋਂ, ਹੈ ਨਾ, ਅਤੇ ਫਿਰ ਉਹ ਸਾਰਾ ਕੁਛ ਦੱਸਿਆ ਗਿਆ ਸਾਨੂੰ, ਅਤੇ ਫਿਰ ਅਸੀਂ ਉਸੇ ਤਰ੍ਹਾਂ ਇਨੈਕਟ ਕਰਦੇ ਸੀਗੇ। ਅਤੇ ਬਟ ਮੇਰੇ ਲਈ ਕਰੈਕਟਰ ਮੇਰੀ ਜ਼ਿੰਦਗੀ ਦਾ, ਮੇਰੇ ਕਰੀਅਰ ਦਾ ਸਭ ਤੋਂ ਵਧੀਆ ਕਰੈਕਟਰ। ਜੀ, ਧੰਨਵਾਦ। ਤਾਂ ਬਿਲਕੁਲ ਇਹ ਫਿਲਮ ਦੇ ਸਟਾਰਕਾਸਟ ਅੱਜ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪਹੁੰਚੇ ਨੇ। ਜਰਨੈਲ ਭਾਅ ਜੀ ਉਹਨਾਂ ਨਾਲ ਗੱਲਬਾਤ ਕੀਤੀ ਸੀ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅੱਜ ਆਪਾਂ ਇਸ ਗੁਰੂ ਨਗਰੀ ਦੇ ਵਿੱਚ ਆਏ ਹਾਂ, ਤਾਂ ਸ਼੍ਰੀ ਹਰਿਮੰਦਰ ਸਾਹਿਬ ਵੀ ਦਰਸ਼ਨ ਕਰਨ ਆਪਾਂ ਜ਼ਰੂਰ ਪਹੁੰਚਾਂਗੇ। ਤਾਂ ਇਹ ਫਿਲਮ ਖਾਸ ਕਰਕੇ ਪੰਜਾਬੀ ਫਿਲਮ ਇਤਿਹਾਸ ਦੇ ਉੱਪਰ ਬਣੀ ਹੈ, ਗੱਤਕੇ ਨੂੰ ਪ੍ਰਮੋਟ ਕੀਤਾ ਜਾ ਰਿਹਾ। ਬਹੁਤ ਘੱਟ ਫਿਲਮਾਂ ਇੱਦਾਂ ਦੀਆਂ ਦੇਖਣ ਨੂੰ ਮਿਲਦੀਆਂ, ਹਾਲਾਂਕਿ ਐਕਸ਼ਨ ਮੂਵੀ ਜ਼ਰੂਰ ਹੈਗੀ ਹੈ, ਪਰ ਐਕਸ਼ਨ ਆਪਾਂ ਗੁਰੂ ਸਾਹਿਬਾਨਾਂ ਦੇ ਤਰੀਕੇ ਦਾ ਦਿਖਾਇਆ ਹੋਇਆ, ਗੱਤਕਾ ਦਿਖਾਇਆ ਹੋਇਆ, ਗੋਲੀਆਂ ਚੱਲਦੀਆਂ ਤਾਂ ਬਥੇਰੀਆਂ ਫਿਲਮਾਂ ਦੇ ਵਿੱਚ ਦੇਖੀਆਂ, ਪਰ ਇਸ ਦੇ ਵਿੱਚ ਸ਼ਸਤਰ ਘੁੰਮਦੇ ਤੁਹਾਨੂੰ ਨਜ਼ਰ ਆਉਣਗੇ, ਸ਼ਸਤਰਾਂ ਦੇ ਵਾਰ ਚੱਲਦੇ ਨਜ਼ਰ ਆਉਣਗੇ। ਸੋ 5 ਜਨਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗ ਰਹੀ ਹੈ। ਸੋ ਲੋਕਾਂ ਨੂੰ ਅਪੀਲ ਆ, ਜ਼ਰੂਰ ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਓ, ਤਾਂ ਜੋ ਗੱਤਕੇ ਬਾਰੇ ਪਤਾ ਚੱਲ ਸਕੇ, ਆਪਣੇ ਇਤਿਹਾਸ ਬਾਰੇ ਪਤਾ ਚੱਲ ਸਕੇ। ਜੁੜੇ ਰਹੋ ਲਿਵਿੰਗ ਇੰਡੀਆ ਨਿਊਜ਼ ਦੇ ਨਾਲ, ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ।